Mrs. Lollycore. Das mein Leben. Kadar doktor pulları kadar şey yok ya. İşte da zehir al da dek. Gıda mı çeni mi laye ya. Sahi ilaç kar dur. हां जी सब ठीक है पहली चीज है मैं थोड़ा थोड़े से क्वेश्चन पूछने सी पहली क्वेश्चन है ना कंफर्म करो अच्छा पाजी लाली कौर है ओहो उस टाइम आवे चेदा दे कच्चे ना हुंदे सी किसे दा काला किसे दा गोरा किसे दा पीला मैं तो रब नु ए कहनी मेरा कोई चज दा ना ही रख लंदे चाहे दा जिसका चाली जेम्स किन्ने सोहने ना आया ਮੈਂ ਮੇਰੀ ਵੀ ਮਾਣੀ ਮੋਟੀ ਉਸਮਤ ਹੋ ਜਾਂਦੀ ਹਾਂਜੀ ਹੁਣ ਤੁਸੀਂ ਡੇਟ ਆਫ ਬਰਥ ਕਨਫਰਮ ਕਰੋ ਅੱਛਾ ਭਾਈ 5/7/1950 ਲੱਗਦੇ ਭਾਈ ਮੈਂ ਤੈਨੂੰ ਕੀ ਦੱਸਾਂ ਹਨਾ 20 ਸਾਲ ਜਾਦੀ ਲਿਖਾਈ ਆ ਹਾ ਡੇਟ ਬਰਥ ਉਸ ਟਾਈਮਾਂ ਵਿੱਚ ਜਦੋਂ ਮੱਝ ਨੇ ਕੱਟਾ ਦਿੱਤਾ ਇਦਾਂ ਪਤਾ ਚੇਤਾ ਹੁੰਦਾ ਸੀਗਾ ਉਹ ਫਲਾਣਾ ਫਲਾਣਾ ਉਦੋਂ ਜੰਮਿਆ ਇਹ ਮੇਰੇ ਹੱਥ ਵਸ ਹੁੰਦਾ ਮੈਂ ਇੰਨੀ ਲਿਖਾਉਣੀ ਨਹੀਂ ਸੀ ਤੂੰ ਮੈਂ ਦੇਖਦੀ ਹਾਂ ਨਾ ਬੰਦਾ ਉਦੇ ਬੁੱਢਾ ਹੋ ਜਾਂਦਾ ਦੇਖ ਕੇ ਡੇਟ ਬਾਥ ਚੱਕੇ ਫਰਦੇ ਆ ਡੇਟ ਬਾਥ ਹਾਂਜੀ ਹੁਣ ਘਰ ਦਾ ਐਡਰੈਸ ਕਨਫਰਮ ਕਰੋ ਪਲੀਜ਼ ਅੱਛਾ ਭਾਈ ਤੈਨੂੰ ਕਿੱਦਾਂ ਸਮਝਾਵਾਂ ਜਿੱਥੇ ਸ਼ਮੂਦ ਬਿਸ਼ਰ ਕੌਰ ਦਾ ਘਰ ਆ ਉੱਥੋਂ ਸੱਜੇ ਹੋ ਕੇ ਖੱਬੇ ਜਾਓ ਫਿਰ ਉੱਥੇ ਰੋਡ ਬੋਰਡ ਬੰਦਾ ਰੋਡ ਬੋਰਡ ਤੇ ਗੁਲਾਬ ਦਾ ਘਰ ਆ ਜਾਂਦਾ ਗੁਲਾਬ ਦੇ ਘਰ ਤੋਂ ਸਿੱਧੇ ਜਾ ਕੇ ਹਨਾ ਇੱਕ ਪੀਰ ਬਾਬਾ ਹੁੰਦਾ ਪੀਰ ਬਾਬੇ ਤੋਂ ਜਾ ਕੇ ਖੱਬੇ ਜਾਓ ਫੇ ਤੇ ਫੇ ਮੇਰੀ ਲਾਲ ਡੋਰ ਵਾਲੀ ਆ ਘਰ ਉਦਾਂ ਤਾਂ ਹਨਾ ਸੌਖਾ ਹੀ ਯਾਰ ਮੈਨੂੰ ਇਹ ਤਾਂ ਬਾਹਲਾ ਕਾਗਜ਼ ਪੱਤਾ ਦਾ ਨਹੀਂ ਪਤਾ ਕੀ ਅੱਜ ਦਾ ਹਾ ਕੀ ਪੱਤਾ ਜਿਹਾ ਐਡਰੈਸ ਜੇ ਹੁੰਦੇ ਆ ਉਦਾਂ ਤਾਂ ਸੌਖਾ ਦੇਖ ਲਾ ਆਪਾਂ ਕੰਪਿਊਟਰ ਤੇ ਪਾ ਕੇ ਉੱਤੇ ਆ ਜਾਣਾ ਕੀ ਆ ਅੱਛਾ ਇਹਨੇ ਤਾਂ ਮੇਰਾ ਸਾਰੇ ਖਾ ਲਿਆ ਪਤਾ ਨਹੀਂ ਕਿ ਉੱਥੇ ਆ ਗਈ ਹਾਂਜੀ ਆਂਟੀ ਅਸੀਂ ਤੇਰੀ ਮਦਦ ਕੀ ਕਰ ਸਕਦੇ ਹਾਂ ਅੱਜ ਇਹ ਤਾਂ ਮੈਨੂੰ ਬੁੱਢੀ ਸਮਝਦਾ ਬਿਠੇ ਰਾਜੇ ਆ ਆਂਟੀ ਸਾਤਾ ਹੁਣ ਭਾਈ ਤੈਨੂੰ ਕੀ ਦੱਸਾਂ ਪਰਸੋਂ ਮੇਰੇ ਮੁੰਡੇ ਨੇ ਸਮੋਸੇ ਮੰਗਾ ਲਏ ਅੱਜ ਕੱਲ੍ਹ ਹੁਣ ਪਤਾ ਤੈਨੂੰ ਪਤਾ ਹੀ ਆ ਵਿਆਹ ਸ਼ਾਦੀ ਨਹੀਂ ਆਉਂਦੇ ਜਾਂ ਉੱਥੇ ਹੀ ਘਾਬਾ ਖਾਣ ਦਾ ਪੂਰਾ ਹੋ ਜਾਣਾ ਸੀ ਹਨਾ ਚੱਲ ਫੇ ਮੈਂ 6-7 ਛੱਕ ਲੈ ਤੈਨੂੰ ਪਤਾ ਹੀ ਆ ਸਵਾਦ ਹੁੰਦੇ ਨਾਲ ਚਟਨੀ ਲੈ ਲਈ ਕਹਿੰਦੇ ਚਟਨੀ ਨਾਲ ਵਧੀਆ ਹੁੰਦੀ ਆ ਹਾਜ਼ਮ ਹੋ ਜਾਂਦਾ ਸਮਾਨ ਜਦੋਂ ਹਨਾ ਦੂਜੇ ਦਿਨ ਚੜ੍ਹੇ ਮੇਰਾ ਢਿੱਡ ਗੜਾ ਗੜਾ ਕਰਨ ਲੱਗ ਪਿਆ ਹੁਣ ਦੱਸ ਭਾਈ ਮੈਂ ਮੈਨੂੰ ਤਾਂ ਲੱਗਦਾ ਗੈਸ ਬਣ ਗਈ ਸਿੱਧਾ ਦੱਸ ਹੁਣ ਮੈਂ ਕੀ ਕਰਾਂ ਆਂਟੀ ਤੇਰੀ ਡੇਲੀ ਰੂਟੀਨ ਕੀ ਆ ਖਾਣ ਦੀ ਭਾਈ ਕੀ ਹੋਣੀ ਆ ਖੁਰਾਕ ਕੁਛ ਵੀ ਨਹੀਂ ਸਵੇਰ ਨੂੰ ਉੱਠ ਕੇ ਸਵਾਸਤੇ ਪਿੰਨੀਆਂ ਛੱਕ ਲੈਂਦੇ ਆ ਚਾਹ ਨਾ ਚਲੋ ਹਨਾ 10 ਵੱਜ ਜਾਂਦੇ ਆ ਫੇਰ ਚ ਤਾਂ ਫੇਰ ਭੁੱਖ ਜੀ ਲੁਗਣਾ ਪੈਂਦੀ ਆ ਵੱਡਾ ਤਿੰਨ ਹੋ ਜਾਂਦਾ ਚਲੋ ਟੂਸਟ ਟੂਸਟ ਖਾਣੇ 3-4 ਸਲਾਈਸ ਉਹ ਵੀ ਖਾ ਲੈਣੀ ਆ ਜਦੋਂ 12 ਵਜਣੇ ਫਿਰ ਰੋਟੀ ਦਾ ਟਾਈਮ ਆਪਣਾ ਹੋ ਜਾਂਦਾ ਤਾਂ ਰੋਟੀ ਨਾਲ ਫੇਰ ਸਾਗ ਸੂਗ ਜਾਂ ਕੁਛ ਵੀ ਜਿਹੜੀ ਦਾਲ ਬਣੀ ਇੱਕ ਪਲੇਟ ਉਹ ਖਾ ਲੈਣੀ ਤੇ ਉੱਠ ਕੇ ਰੋਟੀਆਂ ਖਾ ਲੈਣੀਆਂ ਜਾਂ ਹਨਾ ਰੱਜ ਨਹੀਂ ਆਉਂਦਾ ਸਾਰੀ ਦਿਹਾੜੀ ਭੁੱਖ ਹੀ ਲੱਗੀ ਫਿਰਦੀ ਆ ਫਿਰ ਜਦੋਂ 2 ਵਜਣੇ ਆ ਫਿਰ ਮੈਂ ਚਾਹ ਫੇਰ ਪੀ ਲੈਣੀ ਉਹ ਜਿਹੜੇ ਇੰਡੀਆ ਵਾਲੇ ਬਿਸਕਟ ਨਹੀਂ ਉਹ ਮਿਲਦੇ ਆ ਉੱਧਰੋਂ ਟਾਉਨ 'ਚੋਂ ਉਹ ਲੈ ਆਉਂਦੀ ਹੁੰਦੀ ਆ ਥੋੜ੍ਹਾ ਵਧੀਆ ਲੱਗਦੇ ਆ ਨਾਲੇ ਮਿੱਠਾ ਆ ਕਹਿੰਦੇ ਸਰੀਰ ਦੇ ਵਧੀਆ ਆ ਇੱਦਾਂ ਦੀਆਂ ਚੀਜ਼ਾਂ ਦੇਸੀ ਘੇ ਦੀਆਂ ਹਾਂ ਮੈਂ 3 ਵਜਣੇ ਫਿਰ ਆਪਣਾ ਰੋਟੀ ਦਾ ਟਾਈਮ ਹੋ ਗਿਆ ਨਿਆਣਿਆਂ ਨੇ ਘਰੇ ਆ ਜਾਣਾ ਫਿਰ ਮੈਂ ਵੀ ਨਾਲ ਖਾ ਲੈਂਦੀ ਹੁੰਦੀ ਹਾਂ ਕਈ ਵਾਰੀ ਪਰੌਂਠੀ ਪੁਰੌਂਠੀ 3-4 ਖਾ ਹੀ ਲੈਂਦੀ ਹਾਂ ਦਹੀਂ ਨਾ ਕਹਿੰਦੇ ਦਹੀਂ ਵਧੀਆ ਹੁੰਦਾ ਨਾਲੇ ਲੱਸੀ ਪੀ ਲੈਣੀ ਨਾਲੇ 4 ਖਾ ਲੈਣਾ ਕਹਿੰਦੇ ਦਾ ਫਿਰ ਬਲੱਡ ਪ੍ਰੈਸ਼ਰ ਐਸਾ ਹੀ ਰਹਿੰਦਾ ਆ ਬਾਕੀ ਵੀ ਚੀਜ਼ਾਂ ਕੋਸ਼ਿਸ਼ ਹੁੰਦੀ ਆ ਫਿਰ ਹਨਾ 5 ਵਜੇ ਫਿਰ ਜਿੱਦਾਂ ਥੋੜ੍ਹਾ ਜਿਹਾ ਦਿਲ ਥੱਲੇ ਨੂੰ ਆਉਣ ਲੱਗ ਪੈਂਦਾ ਫਿਰ ਆਹ ਦਲੀਆਂ ਦੁਲੀਆਂ ਖਾ ਲਈਦਾ ਹਲਕਾ ਹੁੰਦਾ ਆ ਸਹੀ ਕਹਿੰਦੇ ਵਧੀਆ ਆ ਜਿਹੜੇ ਫਿਰ ਮੈਂ ਦੁੱਧ ਦੀ ਤਿਆਰੀ ਕਰਦੀ ਨੀ ਵਿੱਚ ਥੋੜ੍ਹੀ ਜਿਹੀ ਕਾਫੀ ਪਾ ਦਿੰਦੀ ਹਾਂ ਕਾਫੀ ਤਾਂ ਕਹਿੰਦੇ ਕੋਸ਼ਿਮ ਹੁੰਦਾ ਨਾ ਹਨਾ ਜਦੋਂ ਮੈਂ ਇੰਡੀਆ ਗਈ ਸੀ ਕਹਿੰਦੇ ਤੇਰਾ ਕੋਸ਼ਿਮ ਘੱਟ ਆ ਫਿਰ ਉਸਦੀ ਮੈਂ ਜ਼ਿਆਦਾ ਇੱਦਾਂ ਦਾ ਸਮਾਨ ਖਾਣ ਲੱਗ ਪਈ ਹਾਂ ਉਹ ਕਹਿੰਦੇ ਇੱਦਾਂ ਚੰਗਾ ਹੁੰਦਾ ਮੈਂ ਕਿਹਾ ਮੇਰੀ ਸਿਹਤ ਇੱਦਾਂ ਰਹਿ ਜਾਣੀ ਆ ਨਾ ਖਾ ਨਾ ਖਾਧਾ ਤਾਂ ਫਿਰ 8 ਵੱਜ ਜਾਂਦੇ ਆ ਜੋ 8 ਵੱਜ ਜਾਂਦੇ ਆ ਫਿਰ ਮੈਂ ਆਹ ਨਿੰਬੂ ਪੀ ਲੈਂਦੀ ਹਾਂ ਪਾਣੀ 'ਚ ਪਾ ਕੇ ਉਹ ਪੀ ਲੈਣਾ ਕਹਿੰਦੇ ਇੱਦਾਂ ਹਾਜ਼ਮਾ ਹੋ ਜਾਂਦਾ ਨਾਲੇ ਥੋੜ੍ਹੇ ਜਿਹੇ ਬਦਾਮ ਚੱਬ ਲਈਦੇ ਆ ਉਹ ਕਹਿੰਦੇ ਤਾਂ ਭਾਰ ਘੱਟਦਾ ਵੱਧਦਾ ਨੀਗਾ ਸਹੀ ਰਹਿੰਦਾ ਹਾਂ ਨਾਲੇ ਸਾਰਾ ਕੁਛ ਹਾਜ਼ਮ ਹੋ ਜਾਂਦਾ ਹਨਾ ਚੱਲ ਇਹੀ ਆ ਬਾਹਲੀ ਨਿੱਘੀ ਖੁਰਾਕ ਪੁੱਤ ਬਾਕੀ ਦੇਖ ਲਾ ਕਹਿੰਦੀ ਕੜਾਕ ਘੱਟ ਆ ਨਾ ਆਹ ਤਾਂ ਬੰਦੇ ਚਿੱਟੀ ਆ
ਆਂਟੀ ਤੈਨੂੰ ਫੂਡ ਆਇਟਸ ਹੋ ਗਈ ਆ। ਅੱਛਾ ਫੂਡ ਆਇਟਸ ਹੋ ਗਿਆ, ਮੈਨੂੰ ਪਤਾ ਸੀ ਮੇਰਾ ਭਾਰ ਅੱਗੇ ਨਾਲ ਕਿੰਨਾ ਹੀ ਘਟਿਆ, ਤਾਂਹੀਓ ਹੋ ਗਿਆ ਹੋਣਾ ਫੂਡ ਆਇਟਸ। ਚੱਲ ਘਰ ਜਾ ਕੇ ਮੱਕੀ ਦੀ ਰੋਟੀਆਂ ਤਾਂ ਸਾ ਖਾਨੀ, ਕਹਿੰਦੇ ਬਟ ਮਨ ਜ਼ਿਆਦੇ ਹੁੰਦੇ ਏਦਾਂ ਦੇ ਚੀਜ਼ਾਂ ਚ, ਨਾ ਥੋੜਾ ਜਿਹਾ ਭਾਰ ਸਹੀ ਹੋ ਜਾਊਗਾ। ਮੈਂ ਨਿਆਣਿਆਂ ਨੂੰ ਕਿੰਨਾ ਹੀ ਵਾਰੀ ਵੱਢਿਆ, ਨਾ ਮੈਨੂੰ ਅਸ਼ਪਗੈਟੀ ਸ਼ਪੂਟੀ ਦਿਆ ਕਰੋ, ਏਦਾਂ ਦੀਆਂ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ, ਏਦਾਂ ਦੀਆਂ ਚੀਜ਼ਾਂ ਨਾਲ ਰਾਜੀ ਨਹੀਂ ਆਉਂਦਾ। ਹਾਂ ਨਿਆਣਿਆਂ ਨੂੰ ਕਿੰਨੀ ਵਾਰੀ ਦੱਸਿਆ ਮੇਰਾ ਭਾਰ ਘੱਟ ਗਿਆ, ਨਿਆਣੇ ਅੱਗੇ ਮੈਨੂੰ ਮੋਹਰੇ ਕਹਿੰਦੇ ਮਜ਼ਾਕ ਉਡਾਉਂਦੇ ਆ, ਕਹਿੰਦਾ ਮੰਮੀ ਤੂੰ ਤਾਂ ਅੱਗੇ ਨਾ ਵੀ ਹੁੰਦਰ ਸ਼ੇਰ ਲੱਗਦੀ ਆ। ਮੈਂ ਕਿਹਾ ਵੇ ਇਹਨਾਂ ਨੇ ਨਿੱਜ ਹੁਣਿਆਂ ਨੇ ਮੈਨੂੰ ਨਜ਼ਰ ਹੀ ਲਾ ਦਿੱਤੀ। ਆਂਟੀ ਆ ਖਾਣ ਦੀ ਬਿਮਾਰੀ ਆ, ਆਹਾ ਇੱਕ ਵਾਰੀ ਦਿਹਾੜੀ ਚ ਖਾਓ ਤਾਂ ਠੀਕ ਹੋ ਜੂਗੀ ਤੁਸੀਂ। ਅੱਛਾ ਮਹਿੰਗੀਆਂ ਲੱਗਦੀਆਂ। ਅੱਛਾ ਕੀ ਖਾਣੀ ਆ? ਅੱਛਾ ਚੱਲ ਮੂੰਹ ਦਾ ਮਾਸ ਕੱਢੂਗਾ। ਚੱਲ ਭਾਈ ਰੱਬ ਤੈਨੂੰ ਬਹੁਤ ਦੇਵੇ, ਮੈਂ ਇਹੀ ਕਹਿੰਦੀ ਆ, ਏਦਾਂ ਦੀ ਡਾਕਟਰ ਤੋਂ ਮਿਲਦੀ ਨੀ ਕਿਤੇ, ਚਲੋ ਹਨਾ ਗੋਰੇ ਆ ਜਿਹੜੇ ਡਾਕਟਰ ਆ ਇਹ ਅਗਲੀ ਦੇ ਮੂੰਹ ਨੀ ਚੱਕੀ ਜਾਂਦੇ ਆ, ਨਾ ਕਰਦੇ ਨਾ ਕੁਛ ਵਾਸਤਾ, ਪਤਾ ਨੀ ਕਿਹਨਾਂ ਏਦਾਂ ਦੇ ਡਾਕਟਰ ਬਣਾ ਦਿੱਤੇ। ਇਹ ਮੈਂ ਹੁੰਦੀ ਮੈਂ ਪਿੱਛੋਂ ਫੇਲ ਕਰ ਦੇਣੇ ਸੀ, ਏਦਾਂ ਦੇ ਤਾਂ ਪਤਾ ਨੀ ਪਾਣੀ ਦੇ ਟੀਕੇ ਲਾਉਂਦੇ ਹੋਣੇ ਆ। ਅਸੀਂ ਤਾਂ ਜ਼ਹਿਰ ਦਾ ਟੀਕਾ ਲਾਉਂਦੇ ਆ, ਨਹੀਂ ਅਸੀਂ ਤਾਂ ਸਹੀ ਟੀਕਾ ਲਾਉਂਦੇ ਆ। ਉਹ ਸੱਸੇ ਤੂੰ ਤਾਂ ਪਾਸ ਹੀ ਆ, ਮੈਂ ਲੋਕਾਂ ਨੂੰ ਦੱਸੂਗਾ ਭੁੱਲੇ ਡਾਕਟਰ ਤਾਂ ਪਾਸ ਹੀ ਆ, ਚੱਲ ਮੇਰੀਆਂ ਫਰੈਂਡਾਂ ਬਥੇਰੀਆਂ ਆ, ਮੈਂ ਉਹਨਾਂ ਦੱਸਦਾ ਕਿੰਨੀਆਂ ਆ ਜਾਣੀਆਂ, ਕਈਆਂ ਦਾ ਮੋਢਾ ਦੁਖਦਾ ਕਈਆਂ ਦਾ ਗੋਡਾ, ਚੱਲ ਤੂੰ ਤਾਂ ਸਹੀ ਕਰ ਦੂੰਗਾ। ਚੰਗਾ ਫਿਰ ਅੱਗੇ ਬਾਏ। ਸਤਿ ਸ਼੍ਰੀ ਅਕਾਲ ਆਂਟੀ ਜੀ, ਗੈਟ ਵੈਲ ਸੂਨ। ਅਸੀਂ ਖਾਣਾ ਛੱਡਿਆ।